ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦਾਨ ਸਿੰਘ ਜੀ ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ ਉਹਨਾਂ ਦੇ ਪਵਿੱਤਰ ਸਥਾਨ ਦੇ ਉੱਤੇ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ 33 ਤਵੀ ਦੇ ਉੱਤੇ ਬਿਠਾ ਕੇ ਜ਼ਾਲਮਾਂ ਵੱਲੋਂ ਸ਼ਹੀਦ ਕੀਤਾ ਗਿਆ ਉਹਨਾਂ ਦੇ ਸ਼ਹੀਦੀ ਦਿਹਾੜੇ ਉੱਤੇ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸਨ ਬੜਾ ਹੀ ਸੰਗਤਾਂ ਨੇ ਪਿਆਰ ਭਾਵਨਾ ਸਹਿਤ ਗੁਰੂ ਘਰ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਲੈ ਕੇ ਸੇਵਾ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਦੇ ਘਰ 1615 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁੱਢਲੇ ਜਿਹੜੇ 11 ਸਾਲ ਸੀ ਉਹ ਨਾਨਾ ਗੁਰੂ ਅਮਰਦਾਸ ਜੀ ਕੋਲੇ ਬਤੀਤ ਹੋਏ। ਬੜੀ ਉੱਚੀ ਵਿਦਿਆ ਮਹਾਰਤ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਚਪਨ ਦੇ ਵਿੱਚ ਹੀ ਦੇ ਦਿੱਤੀ ਸੀ। ਦੇਵਾਨਗਰੀ ਦੇ ਪਿੰਡ ਦੇ ਧਰਮਸ਼ਾਲਾ ਤੋਂ ਜੋ ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਜੀ ਕੋਲੋਂ ਦਿੱਤਾ ਗਿਆ। ਗਣਿਤ ਵਿਦਿਆ ਦਾ ਜੋ ਮੋਰੀ ਸੀ ਮਾਮਾ ਮੋਰੀ ਜੀ ਉਹਨਾਂ ਤੋਂ ਹਾਸਲ ਹੈ ਜਿਹੜੀ ਕੀਤੀ ਆਪ ਜੀ ਦੇ ਮਾਮਾ ਜੀ ਸਨ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਸੱਚਖੰਡ ਨੂੰ ਪਿਆਨਾ ਕਰ ਗਏ ਤਾਂ ਉਸ ਤੋਂ ਬਾਅਦ ਗੁਰੂ ਇਹਨਾਂ ਦੇ ਪਿਤਾ ਗੁਰੂ ਆਰਮਦਾਸ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਗਈ ਅਨੇਕਾਂ ਹੀ ਸਵਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਪਨ ਤੋਂ ਹੀ ਜਿਨ੍ਹਾਂ ਦਾ ਜੀਵਨ ਬੜਾ ਹੀ ਪਿਆਸ ਤਕਾਰ ਵਾਲਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੋੜੀਆਂ ਨੂੰ ਆਪਣੇ ਹੱਥੀਂ ਦਹੀਂ ਛਕਾਉਣੀ ਆਪਣੇ ਹੱਥੀਂ ਸੇਵਾ ਕਰਨੀ ਤਰਨ ਤਰਨ ਦੇ ਵਿੱਚ ਜੋ ਦਵਾਖਾਨਾ ਖੋਲ੍ਹਿਆ ਅੱਜ ਵੀ ਉਸੇ ਤਰ੍ਹਾਂ ਉਹ ਚੱਲ ਰਿਹਾ ਦਵਾਖਾਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਹੱਥੀਂ ਕੋੜੀਆਂ ਨੂੰ ਦਹੀਂ ਛਕਾਉਂਦੇ ਹੁੰਦੇ ਸੀ ਸਤਿਗੁਰੂ ਸੋ ਆਪ ਜੀ ਦਾ ਜੋ ਵਿਆਹ ਸੀ ਮਾਤਾ ਗੰਗਾ ਜੀ ਨਾਲ ਹੋਇਆ ਆਪ ਜੀ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਸੰਤਾਨ ਨਹੀਂ ਸੀ ਬੜੇ ਹੀ ਲੋਕ ਲਾਂਬੇ ਦਿੰਦੇ ਸੀ ਮਾਤਾ ਜੀ ਨੂੰ ਕਈ ਵਾਰ ਇਨ੍ਹਾਂ ਦਿੱਕਤਾਂ ਦਾ ਜੋ ਸੰਸਾਰੀ ਲੋਕ ਹੈਗੇ ਉਤਾਨੇ ਮੈਨੇ ਮਾਰਦੇ ਐ ਸੋ ਬੜੀਆਂ ਦਿੱਕਤਾਂ ਚ ਲੀਆਂ ਪਰ ਬਾਬਾ ਬੁੱਢਾ ਜੀ ਨੇ ਕਿਹਾ ਕਿ ਭਾਈ ਆਪ ਜੀ ਦੇ ਘਰੇ ਜੋ ਜਾਲਮਾਂ ਦਾ ਗੰਡੇ ਵਾਂਗੂ ਸਿਰ ਭੰਨੂਗਾ ਐਸਾ ਮਹਾਬਲੀ ਜੋਧਾ ਪੈਦਾ ਹੋਊਗਾ ਫਿਰ ਆਪ ਜੀ ਨੂੰ ਪਤਾ ਹੈ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਇਹਨਾਂ ਦੇ ਘਰ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਹੀ ਗੈਰੀ ਆਪਣੇ ਅੰਦਰ ਸੰਗਤਾਂ ਦੇ ਪ੍ਰਤੀ ਪਿਆਰ ਸਤਕਾਰ ਰੱਖਦੇ ਸਨ ਜਹਾਗੀਰ ਦੇ ਕੋਲ ਸ਼ਿਕਾਇਤਾਂ ਜਾਣ ਲੱਗੀਆਂ ਕਿਉਂਕਿ ਪਹਿਲਾਂ ਵੀ ਗੁਰੂ ਘਰ ਤੇ ਹਮਲੇ ਆ ਜਿਹੜੇ ਪ੍ਰਿਥੀ ਚੰਦ ਜੋ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਭਰਾ ਸੀ ਗੁਰੂ ਘਰ ਤੇ ਕਰਦਾ ਰਹਿੰਦਾ ਸੀ ਆਪ ਜੀ ਨੂੰ ਪਤਾ ਹੈ ਚੰਦੂ ਨੇ ਜਦੋਂ ਗੁਰੂ ਸਾਹਿਬ ਜੀ ਉਹਨਾਂ ਦੀ ਬੇਟੀ ਦਾ ਜੋ ਰਸਤਾ ਸਿਲੈਂਡ ਤੋਂ ਇਨਕਾਰ ਕਰ ਦਿੱਤਾ ਚੰਦੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਆਪ ਜੀ ਨੂੰ ਪਤਾ ਹੈ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਸੇ ਤਹਿਤ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਅਸਾਇ ਤੇ ਕਹਿ ਕਸ਼ਟ ਦਿੱਤੇ ਬੜੇ ਗੁਰੂ ਸਾਹਿਬ ਜੀ ਨੂੰ ਦੇਗੇ ਵਿੱਚ ਉਬਾਲਾ ਦਿੱਤਾ ਗਿਆ ਫਿਰ ਆਪ ਜੀ ਨੂੰ ਪਤਾ ਹੈ ਤੱਤੀ ਤਵੀ ਤੇ ਬਿਠਾ ਕੇ ਜਾਲਮਾਂ ਵੱਲੋਂ ਤੱਤਾ ਰੇਤਾ ਪਾਇਆ ਗਿਆ ਪਰ ਗੁਰੂ ਅਰਜਨ ਦੇਵ ਜੀ ਮਹਾਰਾ ਤੱਤੀ ਤਵੀ ਤੇ ਬੈਠੇ ਵੀ ਔਡੋਲ ਰਹੇ ਅਤੇ ਜੋਤੀ ਜੋਤ ਸਮਾ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਐ ਸੋ ਬੜਾ ਹੀ ਸਾਨੂੰ ਸਿੱਖਿਆ ਦਿੰਦਾ ਹੈ ਪਹਿਲੇ ਸਿੱਖੀ ਦੇ ਜੋ ਸ਼ਹੀਦ ਹੋਏ ਸੋ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਹੈ ਸਮੂਹ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਤਿੰਨ ਦਿਨ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ